ਜਿੰਨੀਆਂ ਭੈਣਾਂ ਬੈਠੀਆਂ ਨੇ, ਮੇਰੀਆਂ ਮਾਵਾਂ ਬੈਠੀਆਂ ਨੇ, ਕਈ ਦੀਵਾਨਾਂ ਦੇ ਵਿੱਚ ਕਈ ਥਾਵਾਂ 'ਤੇ ਗੱਲ ਹੋਈ ਹੈ ਭਾਈ, ਜਦੋਂ ਭੈਣੇ ਤੁਸੀਂ ਪ੍ਰਸ਼ਾਦਾ ਪਕਾਉਂਦੀਆਂ ਨਾ ਘਰੇ, ਪ੍ਰਸ਼ਾਦਾ ਪਕਾਉਂਦੀਆਂ ਨਾ ਮੇਰੀਆਂ ਮਾਵਾਂ, ਮੇਰੀਆਂ ਭੈਣਾਂ, ਅਤੇ ਭੈਣੇ ਪਹਿਲਾ ਪ੍ਰਸ਼ਾਦਾ ਅਦਬ ਦੇ ਨਾਲ, ਸਤਿਕਾਰ ਦੇ ਨਾਲ ਜੋੜੇ ਕੱਢ ਕੇ ਮਾਲਕ ਨੂੰ ਹਾਜ਼ਰ ਨਾਜ਼ਰ ਮੰਨ ਕੇ, ਧੰਨ ਗੁਰੂ ਨਾਨਕ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਮੰਨ ਕੇ ਪਹਿਲਾ ਪ੍ਰਸ਼ਾਦਾ ਪਾਤਸ਼ਾਹੀ ਪਹਿਲੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਮ ਦਾ ਕੱਢਿਆ ਕਰੋ, ਤੁਹਾਡੇ ਘਰ ਦੇ ਵਿੱਚ ਬਖਸ਼ਿਸ਼ਾਂ ਹੀ ਬਖਸ਼ਿਸ਼ਾਂ ਹੋਣਗੀਆਂ, ਮੇਰਾ ਹੀ ਮੇਰਾ ਹੋਣਗੀਆਂ, ਕਿਰਪਾ ਆਊਗੀ, ਬਰਕਤਾਂ ਆਉਣਗੀਆਂ, ਤੰਦਰੁਸਤੀ ਰਹੂਗੀ, ਮੇਰਾ ਰਹਿਣਗੀਆਂ, ਖੁਸ਼ੀਆਂ ਦੇ ਨਾਲ ਪਰਿਵਾਰ ਵਸਣਗੇ, ਘਰ ਦੇ ਜੀਆਂ 'ਚ ਕਿਰਪਾ ਹੋਊਗੀ। ਜਦੋਂ ਗੁਰੂ ਦੇ ਨਾਂ ਦਾ, ਜਦੋਂ ਬਾਬੇ ਨਾਨਕ ਦੇ ਨਾਂ ਦਾ ਪ੍ਰਸ਼ਾਦਾ ਪਕਾਇਆ ਤੇ ਭਾਈ ਫਿਰ ਤੁਹਾਡੇ ਤੇ ਬਖਸ਼ਿਸ਼ਾਂ, ਮਿਹਰਾਂ, ਰਹਿਮਤਾਂ ਤੁਹਾਡੇ ਘਰ ਤੇ, ਗੁਰੂ ਦੀ ਅਪਾਰ ਕਿਰਪਾ, ਅਪਾਰ ਬਖਸ਼ਿਸ਼ਾਂ ਤੁਹਾਡੇ ਪਰਿਵਾਰ ਤੇ, ਤੁਹਾਡੇ ਘਰ ਤੇ ਹੋਣਗੀਆਂ। ਕਿਉਂਕਿ ਨੇਕੀ ਕਰ ਬੰਦਿਆ, ਨੇਕੀ ਕਰ ਬੰਦਿਆ ਓਏ ਫੇਰ ਨਹੀਂ ਮੁੜ ਕੇ ਆਉਣਾ, ਨੇਕੀ ਕਰ ਬੰਦਿਆ। ਇਨਸਾਨ ਕੋਲ ਜਿੰਨਾ ਕੁ ਵੀ ਸਮਾਂ ਹੁੰਦਾ, ਹਮੇਸ਼ਾ ਭਾਈਚਾਰੇ ਦੀ ਸਾਂਝ ਰੱਖੋ। ਪੈਸੇ ਪਿੱਛੇ, ਮਾਇਆ ਪਿੱਛੇ ਕੁੱਖ ਦੇ ਰਿਸ਼ਤੇ ਨਾ ਵਿਗਾੜੋ, ਪਿਆਰ ਇਤਫਾਕ ਨਾਲ ਜੀਓ, ਆਪਣੇ ਨਗਰ ਦੇ ਵਿੱਚ ਪਿਆਰ ਇਤਫਾਕ ਨਾਲ ਜੀਓ। ਨਗਰ ਦਾ, ਨਗਰ ਦੇ ਵਿੱਚ ਤਾਂ ਸਾਰੇ ਹੀ ਆਪਣੇ ਭੈਣ ਭਰਾ, ਆਪਣੇ ਮਾਪੇ ਸਾਰੇ, ਜਿੱਥੇ ਵੀ ਜਦੋਂ ਵੀ ਕੋਈ ਨੇਕੀ ਵਾਲਾ ਕੰਮ ਮਿਲਦਾ ਉਹਨੂੰ ਕਦੇ ਵੀ ਨਾ ਗਵਾਓ। ਜਿੱਥੇ ਵੀ ਕੋਈ ਕਰਮ ਚੰਗਾ ਕਰਨ ਦਾ ਕੰਮ ਮਿਲਦਾ ਉਹਨੂੰ ਕਦੇ ਨਾ ਹੱਥੋਂ ਜਾਣ ਦਿਓ। ਕਰਮਾਂ ਵਾਲੇ ਜਦੋਂ ਤੁਹਾਡੀ ਵਜ੍ਹਾ ਦੇ ਨਾਲ, ਜਦੋਂ ਤੁਹਾਡੇ ਕਰਕੇ ਕਿਸੇ ਦਾ ਭਲਾ ਹੋ ਜਾਵੇ ਨਾ, ਤੁਹਾਡੀ ਵਜ੍ਹਾ ਦੇ ਨਾਲ ਕਿਸੇ ਦਾ ਭਲਾ ਹੋ ਜਾਵੇ, ਉਦੋਂ ਇਹ ਨਾ ਕਿਹਾ ਕਰੋ ਕਿ ਤੇਰਾ ਇਹ ਕੰਮ ਮੈਂ ਸਵਾਰਿਆ। ਨਹੀਂ ਭਾਈ, ਇਹ ਨਹੀਂ ਕਹਿਣਾ। ਜਦੋਂ ਤੁਹਾਡੀ ਵਜ੍ਹਾ ਦੇ ਨਾਲ ਕਿਸੇ ਦਾ ਭਲਾ ਹੋ ਜਾਵੇ ਨਾ, ਤਾਂ ਤੁਸੀਂ ਆਪਣੇ ਆਪ 'ਚ ਸ਼ੁਕਰ ਮਨਾਇਆ ਕਰੋ ਕਿ ਉਸ ਮਾਲਕ ਨੇ ਲੱਖਾਂ ਕਰੋੜਾਂ ਦੇ ਵਿੱਚੋਂ ਕਿਸੇ ਦੇ ਭਲੇ ਲਈ ਤੈਨੂੰ ਚੁਣਿਆ। ਉਦੋਂ ਇਹ ਨਾ ਕਹਿ ਕਿ ਆਹ ਤੇਰਾ ਕੰਮ ਵੇਖਿਆ, ਆਹ ਤੇਰਾ ਬਣਦਾ ਨਹੀਂ ਸੀ ਮੈਂ ਬਣਾਇਆ। ਭਾਈ ਮੈਂ ਮਾੜੀ ਹੁੰਦੀ ਹੈ, ਬਣਾਉਣ ਵਾਲੇ ਨੇ ਤਾਂ ਪਹਿਲਾਂ ਹੀ ਸਾਰਾ ਕੁਛ ਬਣਾਇਆ ਹੋਇਆ, ਸਮੇਂ ਮੁਤਾਬਕ ਡਿਊਟੀ ਤੇਰੀ ਲੱਗੀ। ਖਾਲਸਾ ਜੀ ਸਹੀ। ਇਹ ਨਹੀਂ ਕਹਿਣਾ ਕਿ ਤੇਰਾ ਮੈਂ ਸਵਾਰਿਆ, ਕਰਨ ਕਰਾਵਣ ਉਹ ਆਪੋ ਆਪ, ਉਹਨਾਂ ਨੇ ਪਹਿਲਾਂ ਹੀ ਰਚਿਆ ਹੋਇਆ। ਕਿਹਦੇ ਹੱਥੋਂ ਕਿਹਦਾ ਭਲਾ ਹੋਣਾ ਇਹ ਪਹਿਲਾਂ ਹੀ ਉਸ ਮਾਲਕ ਨੇ ਤੈਅ ਕੀਤਾ ਹੋਇਆ। ਉਹ ਭਾਈ ਤੂੰ ਤਾਂ ਸ਼ੁਕਰ ਮਨਾ
ਕਿ ਇੰਨੇ ਲੱਖਾਂ ਕਰੋੜਾਂ ਦੇ ਵਿੱਚੋਂ ਉਹਨੇ ਕਿਸੇ ਦੇ ਭਲੇ ਲਈ ਤੈਨੂੰ ਚੁਣਿਆ। ਭਲਾ ਉਹਨਾਂ ਨੇ ਆਪ ਹੀ ਕੀਤਾ ਤੇ ਚੁਣ ਤੈਨੂੰ ਲਿਆ, ਸ਼ੋਭਾ ਤੇਰੀ ਹੋ ਗਈ, ਕੰਮ ਉਹ ਆਪ ਹੀ ਕਰ ਗਿਆ। ਉਸ ਵਕਤ ਮਾਲਕ ਵੇਖਦਾ ਕਿ ਵੇਖਾਂ ਇਹ ਸ਼ੁਕਰਾਨਾ ਮੇਰਾ ਕਰਦਾ ਕਿ ਆਪਣਾ ਹੀ ਨਾਮ ਜਪਾਉਂਦਾ। ਨਾਮ ਤਾਂ ਮਾਲਕ ਦਾ ਹੀ ਜਪਣਾ ਭਾਈ, ਉਹ ਸੱਚੇ ਦਾਤਾ ਦਾ ਨਾਂ ਜਪਣਾ, ਉਹ ਅਕਾਲ ਪੁਰਖ। ਫਿਰ ਦੇਖੀ ਭਾਈ ਕਿਵੇਂ ਝੋਲੀ ਭਰਦਾ, ਕਿਵੇਂ ਬਖਸ਼ਿਸ਼ਾਂ ਕਰਦਾ, ਕਿਵੇਂ ਮਿਹਰਾ ਕਰਦਾ। ਉਹ ਨਦਰ ਕਰਨ ਵਾਲਾ, ਉਹ ਬਖਸ਼ਣਹਾਰ ਹੈ, ਕਿਰਪਾ ਕਰਨ ਵਾਲਾ। ਸੋ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ, ਦਾਤਾ ਮਿਹਰ ਕਰੇ, ਤੁਹਾਨੂੰ ਸਾਰਿਆਂ ਨੂੰ ਰਾਜ਼ੀ ਰੱਖੇ, ਤੁਹਾਡੇ ਪਰਿਵਾਰਾਂ ਦੇ ਵਿੱਚ ਸੁੱਖ ਰੱਖੇ, ਤੁਹਾਡੀਆਂ ਨੇਕ ਕਮਾਈਆਂ 'ਚ ਬਰਕਤਾਂ ਪਾਵੇ, ਤੁਹਾਡੀਆਂ ਨੇਕ ਮੁਰਾਦਾਂ ਪੂਰੀਆਂ ਕਰੇ। ਜਿਸ ਘਰ ਪੁੱਤਰ ਨਹੀਂ ਉੱਥੇ ਦਾਤਾ ਪੁੱਤਰ ਬਖਸ਼ੇ, ਜਿਸ ਘਰ ਧੀ ਨਹੀਂ ਉੱਥੇ ਮਾਲਕ ਧੀ ਬਖਸ਼ੇ, ਰੋਜ਼ੀ ਰੁਜ਼ਗਾਰ ਬਖਸ਼ੇ। ਜੋ ਦੇਹ ਰੋਗਤਾ ਤੋਂ ਪਰੇਸ਼ਾਨ ਨੇ, ਸਰੀਰਕ ਰੋਗਾਂ ਤੋਂ ਕਸ਼ਟਾਂ ਤੋਂ ਪਰੇਸ਼ਾਨ ਨੇ, ਸੱਚਾ ਦਾਤਾ ਉਹਨਾਂ ਦੇ ਕਸ਼ਟਾਂ ਨੂੰ ਰੋਗਾਂ ਨੂੰ ਦੂਰ ਕਰੇ, ਮਿਹਰਾਂ ਕਰੇ। ਸਭ ਨੂੰ ਦਾਤਾ ਰੋਜ਼ੀ ਰੁਜ਼ਗਾਰ ਬਖਸ਼ੇ, ਭਜਨ ਬੰਦਗੀ ਬਖਸ਼ੇ, ਕਰਮ ਚੰਗੇ ਬਖਸ਼ੇ, ਨੇਕੀਆਂ ਬਖਸ਼ੇ। ਇਸ ਨਗਰ ਦੇ ਵਿੱਚ ਹਮੇਸ਼ਾ ਮਿਹਰ ਹੋਵੇ, ਇਹ ਨਗਰ ਹਮੇਸ਼ਾ ਚੜ੍ਹਦੀ ਕਲਾ 'ਚ ਰਹੇ। ਸ਼ਹਿਰ ਇਲਾਕਾ, ਇਹ ਇਲਾਕਾ ਸਦਾ ਚੜ੍ਹਦੀ ਕਲਾ 'ਚ ਰਹੇ। ਕੁੱਲ ਸੰਸਾਰ ਦਾ ਭਲਾ ਹੋਵੇ, ਕੁੱਲ ਦੁਨੀਆ ਦੀ ਖੈਰ ਹੋਵੇ, ਵਸਦਾ ਸਾਈਂ ਦਾ ਸ਼ਹਿਰ ਹੋਵੇ। ਕੁੱਲ ਦੁਨੀਆ ਦੀ ਖੈਰ ਹੋਵੇ, ਵਸਦਾ ਸਾਈਂ ਦਾ ਸ਼ਹਿਰ ਹੋਵੇ। ਬੱਚੇ, ਬਜ਼ੁਰਗ, ਮਾਂ ਪਿਓ, ਭੈਣ ਭਰਾ ਸਾਰੇ ਸਦਾ ਹੱਸਦੇ ਰਹਿਣ, ਇਹ ਨਗਰ ਖੇੜੇ ਸਦਾ ਵਸਦੇ ਰਹਿਣ, ਇਹ ਮੇਲੇ ਇਹਨਾਂ ਫਕੀਰਾਂ ਦੇ ਇੱਦਾਂ ਹੀ ਲੱਗਦੇ ਰਹਿਣ। ਦੋ ਬੋਲ ਕੀ ਸੁਣਾ ਵਿੱਚ ਆਨੰਦਪੁਰੀ ਦੇ, ਵਿੱਚ ਆਨੰਦਪੁਰੀ ਦੇ, ਹਾਂਜੀ ਵਿੱਚ ਆਨੰਦਪੁਰੀ ਦੇ ਸਤਿਗੁਰ ਬਾਜਾਂ, ਵਿੱਚ ਆਨੰਦਪੁਰੀ ਦੇ ਸਤਿਗੁਰ ਬਾਜਾਂ ਵਾਲੇ, ਹਾਂਜੀ ਵੀਰਾ ਪੈਰੀ ਨਾ ਵੀਰੇ ਪਿੱਛੇ ਹੋ ਜਾ, ਬਾਜਾਂ ਵਾਲੇ ਬਾਈ ਜੀ, ਅਜੇ ਬਾਪੂ ਜੀ ਗਾਉਣਗੇ, ਬਹਿ ਜਾਓ ਬਹਿ ਜਾਓ, ਅਜੇ ਨਹੀਂ ਜਾਂਦੇ, ਬਹਿ ਜਾਓ। ਭੈਣੇ ਬਹਿ ਜਾਓ, ਆਹੀ ਹੈ ਬਾਬਾ ਜੀ, ਆਜੋ, 1 2
ਬਹਿ ਜਾਓ ਬਾਈ ਬਹਿ ਜਾਓ। ਬਹਿ ਜਾਓ ਯਾਰ ਵੀਰੇ ਬਹਿ ਜਾਓ ਵੀਰੇ ਬਹਿ ਜਾਓ ਬਹਿ ਜਾਓ ਜੀ ਬਹਿ ਜਾਓ ਬਹਿ ਜਾਓ ਬੇਨਤੀ ਹੈ ਬਹਿ ਜਾਓ। ਬਾਬੇ ਨਾਨਕ ਵਰਗਾ ਜਗ ਤੇ ਕੋਈ ਵਧਾਤਾ ਨਹੀਂ।
ਓ ਬਾਬੇ ਨਾਨਕ ਵਰਗਾ ਜਗ ਤੇ ਕੋਈ ਵਿਦਾਤਾ ਨਹੀਂ। ਸਤਿਗੁਰ ਕਲਯੁਗ ਦੇ ਵਿੱਚ ਦੁਨੀਆ ਤਾਰਨ ਆਇਆ, ਸਤਿਗੁਰ ਕਲਯੁਗ ਦੇ ਵਿੱਚ ਦੁਨੀਆ ਤਾਰਨ ਆਇਆ, ਸਤਿਗੁਰ ਕਲਯੁਗ ਦੇ ਵਿੱਚ ਦੁਨੀਆ ਤਾਰਨ ਆਇਆ। ਅਨੰਦਪੁਰੀ ਦੇ ਸਤਿਗੁਰ ਬਾਜਾਂ ਵਾਲੇ ਨੇ, ਅਨੰਦਪੁਰੀ ਦੇ ਸਤਿਗੁਰ ਬਾਜਾਂ ਵਾਲੇ ਵਿੱਚ, ਅਨੰਦਪੁਰੀ ਦੇ ਸਤਿਗੁਰ ਬਾਜਾਂ ਵਾਲੇ ਨੇ ਵਿੱਚ, ਅਨੰਦਪੁਰੀ ਦੇ ਸਤਿਗੁਰ ਬਾਜਾਂ ਵਾਲੇ ਨੇ ਸਾਜ ਕੇ ਪੰਜ ਪਿਆਰੇ ਲੱਖ ਲੱਖ ਸ਼ਗਨ ਮਨਾਇਆ, ਸਾਜ ਕੇ ਪੰਜ ਪਿਆਰੇ ਲੱਖ ਲੱਖ ਸ਼ਗਨ ਮਨਾਇਆ, ਸਾਜ ਕੇ ਪੰਜ ਪਿਆਰੇ ਲੱਖ ਲੱਖ ਸ਼ਗਨ ਮਨਾਇਆ, ਸਾਜ ਕੇ ਪੰਜ ਪਿਆਰੇ ਲੱਖ ਲੱਖ ਸ਼ਗਨ ਮਨਾਇਆ। ਮੇਰਾ ਪੰਥ ਖਾਲਸਾ ਕੱਜੂ ਵਿੱਚ ਮਦਾਨਾ ਦੇ, ਮਦਾਨਾ ਦੇ ਮਦਾਨਾ, ਸਤਿਗੁਰ ਕਲਯੁਗ ਦੇ ਵਿੱਚ ਦੁਨੀਆ ਤਾਰਨ ਆਇਆ, 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ